ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਮੰਡੀਆਂ ਵਿੱਚ ਸਰਕਾਰ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕਰ ਰਹੀ ਹੈ, ਪਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਹਾਲਾਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੇ ਨੇ। ਜਿੱਥੇ ਸੀਜ਼ਨ ਸ਼ੁਰੂ ਹੁੰਦਿਆਂ ਹੀ ਝੋਨੇ ਦੀ ਫਸਲ ਮੰਡੀ 'ਚ ਝੋਨੇ ਦੇ ਅੰਬਾਰ ਲੱਗਣੇ ਤਾਂ ਸ਼ੁਰੂ ਹੋ ਗਏ ਨੇ, ਪਰ ਮੰਡੀ ਦੇ ਵਿੱਚ ਲਗਭਗ 1,44,500 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਹੁਣ ਤੱਕ ਪ੍ਰਾਈਵੇਟ ਤੌਰ 'ਤੇ ਖਰੀਦੀ ਗਈ ਫਸਲ ਹੀ ਚੁੱਕੀ ਗਈ ਹੈ। ਜਦਕਿ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਸ਼ੈਲਰ ਐਸੋਸੀਏਸ਼ਨ ਵੱਲੋਂ ਚੱਲ ਰਹੀ ਹੜਤਾਲ ਦੇ ਚੱਲਦਿਆਂ ਮੁਸ਼ਕਿਲਾਂ ਹੋਰ ਵੱਧ ਰਹੀਆਂ ਨੇ। ਆਲਮ ਇਹ ਹੈ ਕਿ ਮੰਡੀ 'ਚ ਕਿਸਾਨਾਂ ਨੂੰ ਆਪਣੀ ਫਸਲ ਰੱਖਣ 'ਚ ਪਰੇਸ਼ਾਨੀ ਵੀ ਹੋ ਰਹੀ ਹੈ। ਕਿਸਾਨਾਂ ਦੀਆਂ ਮੰਨੀਏ ਤਾਂ ਸਰਕਾਰ ਦੇ ਸਾਰੇ ਦਾਅਵੇ ਫੋਕੇ ਸਾਬਿਤ ਹੋਏ ਨੇ। ਪ੍ਰਧਾਨ ਜੀ, ਝੋਨੇ ਦਾ ਸੀਜ਼ਨ ਹੈ ਅਤੇ ਆਸ਼ੂ ਪੂਰੇ ਜਾਇਜ਼ਾ ਵੀ ਲੈ ਕੇ ਗਿਆ ਖਰੀਦ ਦਾ, ਅਤੇ ਮੰਡੀ ਦੇ ਵਿੱਚ ਫਿਰ ਵੀ ਢੇਰ ਲੱਗੇ ਹੋਏ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਢੇਰ ਲੱਗੇ ਨੇ, ਜਾਂ ਤਾਂ ਸਰਕਾਰ ਧਿਆਨ ਨਹੀਂ ਦਿੰਦੀ ਜਾਂ ਡਿਪਾਰਟਮੈਂਟ ਹਰਾਸ ਕਰਦਾ। ਜਿਹੜਾ ਹੁਣ 4-5 ਦਿਨ ਤੋਂ ਇੱਥੇ ਲੱਗੀ ਢੇਰੀ, ਅਤੇ 4-5 ਦਿਨ ਤੋਂ ਉਹਨੂੰ ਫੁੱਲ ਹੀ ਜਾ ਰਹੇ ਨੇ, ਉਹਦਾ ਮੋਇਸਚਰ ਕਿੱਥੋਂ ਹੈ? ਸ਼ੈਲਰਾਂ ਦੀ ਸਟ੍ਰਾਈਕ ਆ, ਬਹਾਨਾ ਬਣਿਆ ਕਿ ਵਾਰ ਦੇਣਾ ਗੌਰਮੈਂਟ ਦੇਵੇ, ਗੌਰਮੈਂਟ ਕਹਿੰਦੀ ਮੋਇਸਚਰ ਨਹੀਂ। ਜਿਹੜੀ ਹੁਣ ਢੇਰੀ ਹਫ਼ਤੇ ਦੀ ਫੁੱਲ ਹੀ ਪਈ ਹੈ 4 ਦਿਨ ਦੀ, ਉਹਦਾ ਮੋਇਸਚਰ ਕਿੱਥੋਂ ਹੈ? ਇਹਨਾਂ ਨੂੰ ਗੌਰਮੈਂਟ ਨੂੰ ਧਿਆਨ ਦੇਣਾ ਚਾਹੀਦਾ ਕਿ ਛੇਤੀ ਤੋਂ ਛੇਤੀ ਕਿਸਾਨ ਆਪਣੇ ਅਗਲੀ ਫਸਲ ਲਈ ਤਿਆਰੀ ਕਰੇ, ਹੁਣ ਜਾ ਕੇ ਉਹਨੂੰ ਸਾਂਭੇ, ਖੇਤਾਂ ਨੂੰ ਸਾਂਭੇ ਕੇ ਇੱਥੇ ਢੇਰੀ ਨੂੰ ਸਾਂਭੇ। 4-4 ਦਿਨ ਤੋਂ ਲੋਕ ਬੈਠੇ ਨੇ, ਇਹ ਵਿਕੀ ਹੋਈ, ਇਹਨੂੰ ਵਿਕਣਾ ਚਾਹੀਦਾ ਟਾਈਮ ਨਾਲ ਅਤੇ ਚੱਕੀ ਜਾਣੀ ਚਾਹੀਦੀ ਹੈ, ਪ੍ਰਬੰਧ ਕਰਨੇ ਚਾਹੀਦੇ ਨੇ ਗੌਰਮੈਂਟ ਨੂੰ। ਪ੍ਰਬੰਧ ਕਾਹਦੇ ਨੇ ਜੀ, 4 ਦਿਨ ਤੋਂ ਉਰੇ ਬੈਠੇ ਹਾਂ, ਜਿਹੜੀ ਫੁੱਲੀ ਜਾਂਦੇ ਨੇ ਸੁੱਕੀ ਜਾਂਦੀ ਹੈ, ਨਾ ਕੋਈ ਰੇਟ ਲੱਗਦਾ, ਹੈਰਾਨ ਹੋਈ ਜਾਂਦੀ ਹੈ ਜੀ। ਅਤੇ ਸਰਕਾਰ ਤਾਂ ਕਹਿੰਦੀ ਹੈ ਵੀ ਮੰਡੀ ਇਹਦੇ ਵਿੱਚ ਪ੍ਰਬੰਧ ਪੁਖਤਾ ਨੇ, ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚ ਹੁਣ ਤੱਕ ਪ੍ਰਾਈਵੇਟ ਤੌਰ ਤੇ ਹੀ ਝੋਨੇ ਦੀ ਫਸਲ ਦੀ 13.32% ਲਿਫਟਿੰਗ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੰਡੀ 'ਚ ਕਰੀਬ 22 ਲੱਖ ਕੁਇੰਟਲ ਝੋਨੇ ਦੀ ਫਸਲ ਆਉਣ ਦੀ ਉਮੀਦ ਹੈ। ਇਹਦੀ ਕੁੱਲ ਆਮਦ ਕਿੰਨੀ ਹੋ ਚੁੱਕੀ ਹੈ ਹੁਣ ਤੱਕ? 1,44,550 ਕੁਇੰਟਲ ਆ ਚੁੱਕੀ ਹੈ ਜੀ। ਅਤੇ ਕਿੰਨੀ ਲਿਫਟਿੰਗ ਹੋ ਚੁੱਕੀ ਹੈ? ਲਿਫਟਿੰਗ ਤਾਂ ਹਜੇ ਜਿਹੜੇ ਸ਼ੈਲਰ ਵਾਲਿਆਂ ਦੀ ਹੜਤਾਲ ਤੁਹਾਨੂੰ ਪਤਾ ਹੀ ਹੈ ਚੱਲ ਰਹੀ ਹੈ, ਅਤੇ ਪ੍ਰਾਈਵੇਟ ਜਿਹੜੀ ਹੈ ਬਾਸਮਤੀ ਜਿੰਨੀ ਆਈ ਹੈ ਤਕਰੀਬਨ ਆਲਮੋਸਟ 13% ਜਿਹੜੀ 32% ਲਿਫਟ ਹੋ ਚੁੱਕੀ ਹੈ। ਅਤੇ ਕਿੰਨੀ ਫਸਲ ਆਉਣ ਦੀ ਉਮੀਦ ਹੈ ਜੀ? ਲਗਭਗ ਸਾਡੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10% ਜਿਹੜੀ ਪਿਛਲੇ ਸਾਲ 20 ਲੱਖ ਆਈ, ਅਤੇ ਅਸੀਂ 21-22 ਲੱਖ ਦਾ ਜਿਹੜਾ ਅੰਦਾਜ਼ਾ ਲਾਉਂਦੇ ਹਾਂ। ਖੈਰ, ਮੰਡੀਆਂ 'ਚ ਫਸਲਾਂ ਤਾਂ ਆ ਚੁੱਕੀਆਂ ਨੇ, ਪਰ ਸਰਕਾਰ ਦੇ ਹਰ ਲਾਰੇ ਵਾਂਗ ਕਿਸਾਨ ਹੁਣ ਵੀ ਮੰਡੀਆਂ ਵਿੱਚ ਰੁਲ ਰਿਹਾ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।